ਸਟੂਡੈਂਟਸ ਅਸੀਂ ਕਰ ਰਹੇ ਹਾਂ ਕਲਾਸ 9th ਚੈਪਟਰ 14th ਸਟੈਟਿਸਟਿਕਸ ਅੰਕੜਾ ਵਿਗਿਆਨ ਐਕਸਰਸਾਈਜ਼ ਚੱਲ ਰਹੀ ਹੈ 14.2 ਅਤੇ ਕੁਐਸਚਨ ਹੈ 6th ਸੋ ਕੁਐਸਚਨ ਨੂੰ ਸਭ ਤੋਂ ਪਹਿਲਾਂ ਰੀਡ ਕਰਦੇ ਹਾਂ ਤਿੰਨ ਸਿੱਕਿਆਂ ਨੂੰ ਇਕੱਠੇ 30 ਵਾਰ ਉਛਾਲਿਆ ਗਿਆ ਉਹਨਾਂ ਵਿੱਚ ਚਿੱਤ ਆਉਣ ਦੀ ਸੰਭਾਵਨਾ ਆਉਣ ਦੀ ਸੰਖਿਆ ਹੈ ਚਿੱਤ ਵਰਡ ਆਇਆ ਸਾਡੇ ਕੋਲ ਜਿਸ ਨੂੰ ਅਸੀਂ ਬੋਲਦੇ ਹਾਂ ਹੈਡ ਸੋ ਨਾਲ ਸਾਨੂੰ ਕਿਹਾ ਗਿਆ ਸਿੱਕਿਆਂ ਤੇ ਮਤਲਬ ਕਿ ਕੌਇਨਸ ਜਿਹੜੇ ਸੀ ਉਹਨਾਂ ਨੂੰ ਟਾਸਟ ਕੀਤਾ ਗਿਆ ਹੈ ਉਛਾਲਿਆ ਮਤਲਬ ਕਿ ਟਾਸਟ ਕੀਤਾ ਗਿਆ ਹੈ ਸੋ ਸਭ ਤੋਂ ਪਹਿਲਾਂ ਤਾਂ ਸਿੱ ਇਸ ਸਟੇਟਮੈਂਟ ਦੇ ਬਾਰੇ ਪਹਿਲਾਂ ਡਿਟੇਲ ਵਿੱਚ ਜਾਣ ਲਈਏ ਸਾਡੇ ਕੋਲ ਗੱਲ ਕੀਤੀ ਗਈ ਹੈ ਸਿੱਕਿਆਂ ਦੀ ਸੋ ਕਿੰਨੇ ਸਿੱਕਿਆਂ ਦੀ ਤਿੰਨ ਸਿੱਕਿਆਂ ਦੀ ਹੁਣ ਸਿੱਕਾ ਜਿਹੜਾ ਸਾਡੇ ਕੋਲ ਅਸੀਂ ਇੱਕ ਸਿੱਕੇ ਦੀ ਗੱਲ ਕਰੀਏ ਤਾਂ ਸਿੱਕੇ ਦੀਆਂ ਦੋ ਸਾਈਡਸ ਹੁੰਦੀਆਂ ਨੇ ਟੂ ਸਾਈਡਸ ਇੱਕ ਤੇ ਹੈੱਡ ਹੁੰਦਾ ਹੈ ਦੂਜੀ ਸਾਈਡ ਤੇ ਟੇਲ ਸੋ ਇਸ ਨੂੰ ਅਸੀਂ ਚਿੱਤ ਬੋਲਦੇ ਹਾਂ ਤੇ ਇਸ ਨੂੰ ਅਸੀਂ ਪੱਟ ਬੋਲਦੇ ਹਾਂ ਪੰਜਾਬੀ ਦੇ ਵਿੱਚ ਮਤਲਬ ਕਿ ਇਸ ਦੇ ਵਿੱਚ ਸਾਡੇ ਕੋਲੇ ਜਿਹੜਾ ਕਿ ਚਿੱਤਰ ਬਣਿਆ ਹੁੰਦਾ ਹੈ ਤੇ ਇਸ ਦੇ ਵਿੱਚ ਸਾਡੇ ਕੋ ਜਿਹੜਾ ਕੇ ਨੰਬਰ ਹੁੰਦਾ ਹੈ ਕਿ ਜਿੰਨੇ ਦਾ ਵੀ ਕੋਇਨ ਹੁੰਦਾ ਹੈ 1 ਦਾ 2 ਦਾ 5 ਦਾ ਜਾਂ 10 ਦਾ ਉਹ ਸਾਡੇ ਕੋ ਨੰਬਰ ਉੱਪਰ ਲਿਖਿਆ ਮਿਲਦਾ ਹੈ ਸੋ ਹੁਣ ਜਦੋਂ ਇੱਕ ਸਿੱਕਾ ਤੁਸੀਂ ਸੁੱਟਦੇ ਹੋ ਤਾਂ ਤੁਹਾਡੇ ਕੋ ਦੋ ਹੁੰਦੇ ਜਾਂ ਸਾਈਡਸ ਹਨ ਤੁਹਾਡੇ ਕੋ ਜਾਂ ਤਾਂ H ਆ ਸਕਦਾ ਹੈ ਜਾਂ ਤੁਹਾਡੇ ਕੋ T ਆ ਸਕਦਾ ਹੈ ਜਾਂ ਚਿੱਤ ਆਏਗਾ ਜਾਂ ਪੱਟ ਆਏਗਾ ਹੁਣ ਤੁਹਾਡੇ ਕੋ ਸਿੱਕੇ ਕਿੰਨੇ ਹਨ ਤਿੰਨ ਸੋ ਦੇਖੋ ਅਸੀਂ ਤਿੰਨ ਸਿੱਕੇ ਬਣਾਉਂਦੇ ਹਾਂ ਸੋ ਤਿੰਨੇ ਸਿੱਕਿਆਂ ਦੇ ਦੋ ਹਿੱਸੇ ਆਣ ਸਾਡੇ ਕੋਲ ਐਚਟੀ ਇਸ ਦਾ ਵੀ ਐਚਟੀ ਅਤੇ ਇਸ ਦਾ ਵੀ ਐਚਪੀ ਹੁਣ ਸਵਾਲ ਚ ਕੀ ਕਿਹਾ ਗਿਆ ਹੈ ਕਿ ਸਿੱਕਿਆਂ ਨੂੰ ਕਿੰਨੀ ਵਾਰ ਟੋਸ ਕੀਤਾ ਗਿਆ 30 ਵਾਰੀ ਉਛਾਲਿਆ ਗਿਆ ਸੋ ਜਦੋਂ ਪਹਿਲੀ ਵਾਰੀ ਸਿੱਕੇ ਨੂੰ ਉਛਾਲਿਆ ਤਾਂ ਸਾਡੇ ਕੋਲ ਜਿਹੜਾ ਹੈਡ ਚਿੱਤ ਆਉਣ ਦੀ ਸੰਖਿਆ ਕੀ ਹੈ 0 ਮਤਲਬ ਕਿ ਚਿੱਤ ਸਾਡੇ ਕੋਲ ਆਇਆ ਹੀ ਨਹੀਂ ਜਦੋਂ ਚਿੱਤ ਨਹੀਂ ਆਇਆ ਤਾਂ ਮਤਲਬ ਕਿ ਤਿੰਨੇ ਵਾਰੀ ਸਾਡੇ ਕੋਲ ਕੀ ਆ ਗਿਆ ਟੇਲ ਆ ਗਿਆ ਫਿਰ ਸਾਡੇ ਕੋਲ ਇੱਕ ਵਾਰੀ ਚਿੱਤ ਆਇਆ ਇਸ ਦਾ ਮਤਲਬ ਹੈ ਕਿ ਤੂੰ ਵਾਰੀ ਟੇਲ ਆਇਆ ਹੋਗਾ ਤੇ ਇੱਕ ਵਾਰੀ ਚਿੱਤ ਆਇਆ ਹੋਗਾ। ਸੋ ਇਹ ਨਹੀਂ ਪਤਾ ਕਿ ਕਿਹੜੇ ਸਿੱਕੇ ਤੇ ਚਿੱਤ ਆਇਆ ਪਹਿਲੇ ਤੇ ਦੂਜੇ ਤੇ ਤੀਜੇ ਤੇ ਕਿਸੇ ਦੇ ਵੀ ਤਿੰਨਾਂ ਸਿੱਕਿਆਂ 'ਚੋਂ ਸਾਡੇ ਕੋਲ ਇੱਕ ਤੇ ਹੈੱਡ ਆਇਆ ਤੇ ਦੋ ਤੇ ਟੇਲ ਆ ਗਿਆ। ਫਿਰ ਸਾਡੇ ਕੋਲ ਤਿੰਨੇ ਵਾਰੀ ਚਿੱਤ ਆਇਆ ਮਤਲਬ ਕਿ ਤਿੰਨੇ ਵਾਰੀ ਐਚ ਆ ਗਿਆ। ਫਿਰ ਇੱਕ ਵਾਰੀ ਐਚ ਆਇਆ ਤੇ ਦੋ ਵਾਰੀ ਫੇਰ ਟੇਲ ਆਇਆ। ਫਿਰ ਇਸ ਤਰ੍ਹਾਂ ਹੀ ਤਿੰਨ ਵਾਰੀ ਫੇਰ ਚਿੱਤ ਆਇਆ ਸਾਡੇ ਕੋਲ ਐਚ ਆਇਆ ਠੀਕ ਹੈ। ਫਿਰ ਸਾਡੇ ਕੋਲ ਇਸ ਤਰ੍ਹਾਂ ਹੀ ਜ਼ੀਰੋ ਮਤਲਬ ਕਿ ਟੇਲ ਆਇਆ ਹੀ ਨਹੀਂ ਐਚ ਆਇਆ ਹੀ ਨਹੀਂ ਸਾਡੇ ਕੋਲ ਤਿੰਨੇ ਵਾਰੀ ਟੇਲ ਆ ਗਿਆ ਇਸ ਤਰ੍ਹਾਂ ਸੀ ਜੇ ਬਣਾ ਲਈਏ ਤਾਂ ਸਾਡੇ ਕੋਲ 30 ਕੇਸ ਜਿਹੜੇ ਨੇ ਉਹ ਅਸੀਂ ਲਿਖ ਸਕਦੇ ਹਾਂ ਕਿ ਇਸ ਤਰ੍ਹਾਂ ਬਣਾ ਕੇ ਸਾਡੇ ਕੋ ਕਿਹੜੇ ਕਿਹੜੇ ਉਹ ਬਣਦੇ ਆ ਸੋ ਤੁਸੀਂ ਇਸ ਨੂੰ ਖੁਦ ਟਰਾਈ ਕਰ ਸਕਦੇ ਹੋ ਕਰਨਾ ਕਿ ਆ ਸਿੰਪਲ ਦੇਖੋ ਦੋ ਵਾਰ ਲਿਖਿਆ ਇਹਦਾ ਮਤਲਬ ਦੋ ਵਾਰ ਹੀ ਐਚ ਲਿਖ ਲਓ ਇਕਵੈਲ ਟੀ ਲਿਖ ਲਓ ਫਿਰ ਦੇਖੋ ਇੱਕ ਲਿਖਿਆ ਇੱਕ ਵਾਰੀ ਐਚ ਲਿਖ ਲਾਂਗੇ ਦੋ ਵਾਰੀ ਅਸੀਂ ਟੀ ਲਿਖ ਲਾਂਗੇ ਤਾਂ ਸਾਡੇ ਕੋ ਇਸ ਤਰ੍ਹਾਂ 30 ਕੇਸ ਜਿਹੜੇ ਉਹ ਬਣ ਕੇ ਪੂਰੇ ਹੋ ਜਾਣਗੇ ਇਸ ਤੋਂ ਬਾਅਦ ਅਸੀਂ ਬਣਾਨੀਏ ਅਸੀਂ 12ਵਾਂ ਬਾਤ ਆ ਵੰਡ ਸਾਰ ਨਹੀਂ ਮਤਲਬ ਜਿਸ ਨੂੰ ਅਸੀਂ ਬੋਲਦੇ ਆ ਐਫ ਡੀਟੀ ਫ੍ਰੀਕੁਐਂਸੀ ਡਿਸਟ੍ਰਿਬਿਊਸ਼ਨ ਟੇਬਲ ਫਰ ਸ਼ੁਰੂ ਕਰਦੇ ਆਂ ਅਸੀਂ FDT ਜਿਸ ਦੇ ਲਈ ਸਾਡੇ ਕੋਲ ਇਸ ਸਾਈਡ ਤੇ ਸਾਡੇ ਕੋਲ ਆਦੀ ਹੈ ਬਾਰੰਬਾਰਤਾ ਸਾਡੀ ਜਿਸ ਨੂੰ ਅਸੀਂ ਕੀ ਬੋਲਦੇ ਆਂ ਫ੍ਰੀਕੁਐਂਸੀ ਸੋ ਜਿਸ ਨੂੰ ਅਸੀਂ F ਲਿਖਦੇ ਆਂ ਸ਼ਾਰਟ ਵਿੱਚ ਸੋ ਨਾਲ ਸਾਡੇ ਕੋਲ ਜਿਸ ਦੇ ਬਾਰੇ ਗੱਲ ਕੀਤੀ ਜਾਂਦੀ ਅਸੀਂ ਉਹ ਲੈਂਦੇ ਆਂ ਕਿ ਨੰਬਰ ਆਫ ਹੈਡਸ ਸਿੱਕਿਆਂ ਚਿੱਤਾਂ ਦੀ ਸੰਖਿਆ ਚਿੱਤਾਂ ਦੀ ਸੰਖਿਆ ਨੰਬਰ ਆਫ ਹੈਡਸ ਸੋ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਪਿਛਲਾ ਜਿਹੜਾ ਕੁਐਸਚਨ ਸੀ ਪੰਜਵਾਂ ਕੀਤਾ ਜਾਂ ਚੌਥਾ ਕੀਤਾ ਹੈ ਪੰਜਵਾਂ ਕੀਤਾ ਹੈ ਉਸ ਦੇ ਵਿੱਚ ਸਾਡੇ ਕੋਈ ਵਾਰੰવાર ਤਾਂ ਵੰਡ ਨਹੀਂ ਉਸ ਦੇ ਵਿੱਚ ਸਾਡੇ ਕੋ ਕਲਾਸ ਇੰਟਰਵਲ ਦੇ ਦਿੱਤੀ ਗਈ ਸੀ ਕਿ 0.04 ਤੋਂ 0.08 ਤੱਕ ਇਸ ਤਰ੍ਹਾਂ ਲੈ ਕੇ ਬਣਾਓ ਜਾਂ ਜੋ ਵੀ ਸਾਨੂੰ ਦਿੱਤਾ ਗਿਆ ਸੀ ਹੁਣ ਇਸ ਦੇ ਵਿੱਚ ਸਾਨੂੰ ਇਸ ਤਰ੍ਹਾਂ ਕੁਝ ਵੀ ਨਹੀਂ ਦਿੱਤਾ ਗਿਆ ਸਾਨੂੰ ਸਿੰਪਲ ਕਿਹਾ ਹੈ ਬਣਾਉਣ ਨੂੰ ਤਾਂ ਦੇਖੋ ਅਸੀਂ ਇਸ ਦੇ ਵਿੱਚ ਨੰਬਰ ਚੈੱਕ ਕਰਨੇ ਕਿਹੜੇ-ਕਿਹੜੇ ਸਾਡੇ ਕੋ ਆ ਰਹੇ ਹਨ ਇੱਕ ਤਾਂ ਸਾਡੇ ਕੋ 0 ਆਉਂਦਾ ਹੈ ਕਿ ਜਦੋਂ ਹੈਡ ਸਾਡੇ ਕੋ ਆਂਦਾ ਹੀ ਨਹੀਂ ਬਿਲਕੁਲ ਵੀ ਠੀਕ ਹੈ 0 ਦਾ ਮਤਲਬ ਕੀ ਹੋਇਆ ਹੈਡ ਨਹੀਂ ਆਇਆ ਸੋ 1 ਦਾ ਮਤਲਬ ਕੀ ਆਇਆ ਹੈਡ ਇੱਕ ਵਾਰੀ ਆਇਆ ਸੋ 2 ਦਾ ਮਤਲਬ ਕੀ ਹੋਏਗਾ ਸਾਡੇ ਕੋ ਸੋ ਜਿਹੜਾ ਹੈਡ ਹੈ ਉਹ ਦੋ ਵਾਰੀ ਆਇਆ ਸੋ 3 ਦਾ ਮਤਲਬ ਕੀ ਆਇਆ ਸਾਡੇ ਕੋ ਜੋ ਹੈਡ ਜਿਹੜਾ ਹੈ ਉਹ ਤਿੰਨ ਵਾਰੀ ਆਇਆ ਸੋ ਸਾਡੇ ਕੋ ਇੱਕ ਆਏਗਾ ਫਿਰ ਸਾਡੇ ਕੋ ਫਿਰ ਸਾਡੇ ਕੋ ਆ ਗਿਆ 2 ਫਿਰ ਆ ਗਿਆ ਸਾਡੇ ਕੋ 3 ਸੋ ਇਸ ਤੋਂ ਬਾਅਦ ਸਾਡਾ ਇਸ ਦਾ ਨੀਚੇ ਹੋ ਜਾਏਗਾ ਟੋਟਲ ਸੋ ਕੀ ਹੁੰਦਾ ਵੰਦਾ ਸਾਡੇ ਕੋ ਅਸੀਂ ਦੇਖਦੇ ਹਾਂ ਕਿ ਟੋਟਲ ਦੇਖੋ ਸਾਡੇ ਕੋ 30 ਵਾਰੀ ਸਿੱਕੇ ਨੂੰ ਛਾਲਿਆ ਗਿਆ ਟੋਟਲ ਸਾਡੇ ਕੋ ਕਿੰਨਾ ਆਣਾ ਚਾਹੀਦਾ ਹੈ 30 ਹੀ ਆਣਾ ਚਾਹੀਦਾ ਹੈ ਸੋ 0 ਦੇਖੋ ਕਿੰਨੀ ਵਾਰੀ ਆਂਦਾ ਹੈ 1 2 3 4 5 ਅਤੇ 6 ਸੋ 0 ਸਾਡੇ ਕੋਲ 6 ਵਾਰੀ ਦਿੱਤਾ ਗਿਆ ਹੈ ਇਹਦਾ ਮਤਲਬ ਕਿ ਹੈਡ ਜਦੋਂ ਆਉਂਦਾ ਹੀ ਨਹੀਂ ਬਿਲਕੁਲ ਵੀ ਤਾਂ ਸਾਡੇ ਕੋਲ ਮਤਲਬ ਟੇਲ ਹੀ ਆ ਰਿਹਾ ਏ ਉਹ ਕਿੰਨੇ ਕੇਸ ਹਨ ਸਾਡੇ ਕੋਲ 6 ਉਸ ਤੋਂ ਬਾਅਦ ਇੱਕ ਏ ਸਾਡੇ ਕੋਲ ਆ ਗਿਆ ਇੱਕ 2 3 4 5 6 7 8 9 10 ਸੋ ਸਾਡੇ ਕੋਲ ਇਹ ਕਿੰਨੇ ਕੇਸ ਆਉਂਦੇ ਹਨ 10 ਕੇਸ ਜਿਹੜੇ ਸਾਡੇ ਕੋਲ ਆਉਂਦੇ ਹਨ ਜਿਸ ਦਾ ਮਤਲਬ ਇਹ ਹੋਇਆ ਕਿ ਤੀਆਂ ਵਿੱਚੋਂ 10 ਵਾਰੀ ਜਦੋਂ ਤਿੰਨੋ ਸਿੱਕੇ ਇਕੱਠੇ ਛੁੱਟੇ ਆ ਤਾਂ 10 ਵਾਰੀ ਸਾਡੇ ਕੋਲ 1 1 ਚਿੱਤ ਜਿਹੜਾ ਉਹ ਆਂਦਾ ਹੈ ਸੋ ਇਸ ਤੋਂ ਬਾਅਦ ਸਾਡੇ ਕੋਲ ਦੋ ਦੋਨ ਕਾਊਂਟ ਕਰਦੇ ਆ 1 2 3 4 5 6 7 8 ਅਤੇ 9 ਸੋ ਇਹ ਸਾਡੇ ਕੋ ਕਿੰਨੀ ਵਾਰੀ ਆਂਦਾ ਹੈ 2 9 ਵਾਰੀ ਆਂਦਾ ਹੈ ਸੋ ਤਿੰਨ ਦੇਖਦੇ ਹਾਂ ਸਾਡੇ ਕੋ ਹੁਣ ਬਾਕੀ ਤਿੰਨ ਹੀ ਬਚ ਗਿਆ ਬਾਕੀ ਮਿਲਾਂ ਸਾਰੇ ਸਾਡੇ ਕੋ ਕੱਟੇ ਜਾਂਦੇ ਹਨ ਸੋ 1 2 3 ਇਹ ਸਾਡੇ ਕੋ ਆ ਗਿਆ 4 ਏ ਆ ਗਿਆ ਸਾਡੇ ਕੋਲ 5 ਸੋ ਤਿੰਨ ਜਿਹੜਾ ਹੈ ਸਾਡੇ ਕੋਲ ਕਿੰਨੀ ਵਾਰੀ ਆਂਦਾ ਹੈ 5 ਸੋ ਮਤਲਬ ਤਿੰਨੇ ਚਿੱਤ ਸਾਡੇ ਕੋਲ ਕਿੰਨੀ ਵਾਰੀ ਆਏ 5 ਮਤਲਬ ਕਿ ਇਹ ਵਾਲੇ ਕੇਸ ਸਾਡੇ ਕੋਲ ਜਾਇ ਵਾਲੇ ਸਾਡੇ ਕੋਲ ਕਿੰਨੇ ਬਣੇ ਟੋਟਲ 5 ਬਣਦੇ ਆ ਠੀਕ ਹੈ ਸੋ ਇਹਨਾਂ ਦਾ ਟੋਟਲ ਕਰਦੇ ਆ ਦੇਖੋ ਸਾਡੇ ਕੋਲ ਕਿੰਨਾ ਆਂਦਾ ਹੈ 9 ਤੇ 5 14 14 ਤੇ 10 24 24 ਤੇ 6 30 ਸੋ 9 5 14 14 10 24 24 6 30 ਸੋ ਇਹ ਸਾਡੇ ਕੋਲ ਕੰਪਲੀਟ 30 ਜਿਹੜਾ ਉਹ ਹੋ ਜਾਂਦਾ ਹੈ ਸੋ ਇਹ ਸੀ ਸਾਡਾ ਕੁਐਸਚਨ ਨੰਬਰ 6 ਜਿਸ ਦੇ ਵਿੱਚ ਸਾਡੇ ਕੋਲ ਤਿੰਨ ਸਿੱਕੇ ਦਿੱਤੇ ਗਏ ਸੀ কয়ਨ ਦਿੱਤੇ ਗਏ ਸੀ ਨੂੰ ਟਾਸ ਕੀਤਾ ਜਾਂਦਾ ਸੀ ਕਿੰਨੀ ਵਾਰੀ 30 ਵਾਰੀ 30 ਟਾਈਮਸ ਠੀਕ ਆ 30 ਟਾਈਮਸ ਵਿੱਚ ਸਾਡੇ ਕੋਲ 1 2 3 ਦਿੱਤਾ ਹੋਇਆ ਹੈ ਜਾਂ 0 ਦਿੱਤਾ ਹੋਇਆ ਹੈ ਜੋ ਸਾਨੂੰ ਇਹ ਦੱਸ ਰਿਹਾ ਹੈ ਕਿ ਹੈਡ ਜਿਹੜਾ ਹੈ ਜਾਂ ਚਿੱਥੇ ਜਿਹੜਾ ਉਹ ਕਿੰਨੀ ਵਾਰੀ ਆ ਰਿਹਾ ਹੈ ਸੋ ਦੀ ਬਾਰੰਬਾਰਤਾ ਵੰਡਸਨ 81 ਬਣਾਉਣ ਨੂੰ ਉਹ ਤੁਸੀਂ ਦੇਖਿਆ ਅਸੀਂ ਬਣਾਈ ਹੈ ਸੋ ਉਮੀਦ ਕਰਦਾ ਹੈ ਕਿ ਕੁਐਸਚਨ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਚਿਕਰਵਤੀਆ ਲੱਗਾ ਹੈ ਤਾਂ ਲਾਈਕ ਜ਼ਰੂਰ ਕਰਨਾ ਹੈ ਦੂਸਰੇ ਬੱਚਿਆਂ ਤੱਕ ਸ਼ੇਅਰ ਕਰਨਾ ਨਹੀਂ ਭੁੱਲਣਾ ਸੋ ਥੈਂਕ ਯੂ ਮਿਲਦੇ ਹਾਂ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ